ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕਮ। ਮੈਂ ਆਪਕਾ ਵੀਰ ਦੋਸਤ ਗੁਲਾਮ ਮੁਰਤਜ਼ਾ। ਤੁਸੀਂ ਵੇਖ ਰਹੇ ਮੁਰਤਜ਼ਾ ਟੀਵੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਇੱਕ ਬੈੱਲ ਦਾ ਬਟਨ ਵੀ ਓਕੇ ਕਰੋ, ਕਿਉਂਕਿ ਹਰ ਵੀਡੀਓ ਮੇਰੇ ਦੋਸਤਾਂ ਵੀਰਾਂ ਲਈ ਜਲਦੀ ਤੋਂ ਜਲਦੀ ਪਹੁੰਚ ਸਕੇ। ਮੈਂ ਅੱਜ ਇੱਕ ਮੱਝ ਲੈ ਕੇ ਆਇਆ। ਦੂਜੀਆਂ ਗੱਲਾਂ ਮਾਲਕ ਤੋਂ ਪੁੱਛਾਂਗੇ ਕੀ ਇਹਦਾ ਹਿਸਾਬ ਕਿਤਾਬ ਹੈ, ਕੀ ਇਹਦੀਆਂ ਖੂਬੀਆਂ ਨੇ। ਮੇਰਾ ਕੈਮਰਾਮੈਨ ਮੱਝ ਦਿਖਾਉਂਦਾ, ਕੈਮਰਾਮੈਨ ਮੱਝ ਦਿਖਾਓ। ਮੱਝ ਦੀ ਕੁੰਡੀ ਕੱਢ ਦੇ ਆ। ਸ਼ਾਮ ਤੁਸੀਂ ਕਰਨੀ ਹੈ ਕੰਮ, ਮੈਂ ਵਿਖਾ ਦੇਣੀ। ਮੇਰਾ ਕੰਮ ਹੈ ਵਿਖਾ ਦੇਣਾ। ਕੰਨ 'ਤੇ ਬੁੱਛ ਪਾਇਆ ਕਿ ਟੈਕ ਸੀ? ਟੈਕ ਸੀ, ਡਿੱਗ ਪਿਆ। ਮੈਨ ਵਾਈਨ ਟੋਰ ਚਿੱਟੇ ਖੋਰ ਨੇ ਪਿਛਲੇ। ਮਾਸ਼ਾਅੱਲਾ ਸੀਲ ਸੌ ਮੈਂ ਵੱਖੀ ਧੁੰਨੀ ਕੌੜੀ। ਇਹ ਤੁਸੀਂ ਦੋਸਤੋ ਪਛਾਣ ਕਰਨੀ ਹੈ। ਮੈਂ ਇਨਸ਼ਾਅੱਲਾ ਮੇਰਾ ਕੰਮ ਹੈ ਦਿਖਾ ਦੇਣਾ, ਅਤੇ ਉਮੀਦ ਕਰਨਾ ਪਸੰਦ ਵੀ ਆਏਗੀ ਇਨਸ਼ਾਅੱਲਾ। ਚੰਗੀ ਮਾਸ਼ਾਅੱਲਾ ਸਾਂਭੀ ਸੁੰਭੀ ਹੋਈ ਹੈ। ਸੀਲ ਮੱਝ ਮਾਸ਼ਾਅੱਲਾ ਥਾਂ ਥਾਣਾ ਨੂੰ ਹੱਥ ਲਾਉਣ ਦਿੰਦੀ ਕਿ ਨਹੀਂ? ਵੇਖ ਇਹਨਾਂ ਦਾ ਕਰਦੀਆਂ ਹੀ ਨਹੀਂ। ਪਛਮ ਮਾਸ਼ਾਅੱਲਾ ਚੰਗੀ ਉੱਤੇ ਥਨ ਮਾਸ਼ਾਅੱਲਾ ਮੁੱਠ ਮੁੱਠ ਦਾ ਜੀ, ਖੂਬਸੂਰਤ ਥਨ ਲੱਗਿਆ। ਦੂਜੀਆਂ ਗੱਲਾਂ ਮਾਲਕ ਤੋਂ ਪੁੱਛ ਲੈਣੀਆਂ ਨੇ ਆਪਾਂ। ਬੂਥਾ ਬਰੀਕ ਹੈ ਬਿਲਕੁਲ, ਮੱਥਾ ਥੋੜ੍ਹਾ ਜਿਹਾ ਸਫੈਦ ਹੈ। ਚੂਰ ਕੁੰਡੇ ਸਿੰਘ ਨੇ ਮੂੰਹ ਫੜ, ਮੂੰਹ ਫੜਾ ਲੈਂਦੀ। ਮੂੰਹ ਦੀ ਬੜੀ ਸੀਲ ਹੈ ਮਾਸ਼ਾਅੱਲਾ। ਸਹੁ ਮੱਝ ਜੀ, ਬੜੀ ਸੀਲ ਮੱਝ ਹੈ ਮਾਸ਼ਾਅੱਲਾ ਜੀ। ਦੁਬਾਰਾ ਫਿਰ ਫੜੀ ਦੁਬਾਰਾ ਮਾਸ਼ਾਅੱਲਾ ਜੀ, ਬੜੀ ਸੀਲ ਸਹੁ ਮੱਝ ਹੈ। ਮੂੰਹ ਤਾਂ ਛਿੱਗੀ ਚੌਗੀ ਹੈ, ਹੈ ਜਵਾਨ ਹੈ ਫੁੱਲ। ਚੱਲ ਪਰਾਂ ਨੂੰ ਕਾਰਨ ਦੂਜੀਆਂ ਗੱਲਾਂ ਮਾਲਕ ਤੋਂ ਪੁੱਛ ਲੈਣੀਆਂ ਨੇ। ਇੱਧਰ ਆਹ ਭਾਈਜਾਨ, ਭਾਈਜਾਨ ਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਸਭ ਤੋਂ ਪਹਿਲੀ ਮੇਰੀ ਅਰਜ਼ ਹੈ ਭਾਈਜਾਨ, ਮੁੱਲ ਜਾਇਜ਼ ਕਰੀ। ਠੀਕ ਹੈ ਭਾਈ, ਠੀਕ ਹੈ, ਬਿਲਕੁਲ, ਇਹ ਤੇਰੀ ਮਿਹਰਬਾਨੀ, ਮੁੱਲ ਜਾਇਜ਼ ਕਰੀ। ਠੀਕ ਹੈ ਜੀ, ਠੀਕ ਹੈ, ਹਾਂਜੀ ਭਾਈ। ਦੂਜੀ ਗੱਲ ਇਹ, ਪਹਿਲਾਂ ਤਹਿਸੀਲ ਦੱਸ ਕਿਹੜੀ ਹੈ?
ਤਹਿਸੀਲ ਆਰਫਵਾਲਾ ਜ਼ਿਲ੍ਹਾ ਜ਼ਿਲ੍ਹਾ ਪਾਕਪਤਨ ਤਹਿਸੀਲ ਆਰਫਵਾਲਾ ਜ਼ਿਲ੍ਹਾ ਪਾਕਪਤਨ ਹਾਂਜੀ ਅੱਛਾ ਭਾਈ ਜਾਨ ਇਹ ਕਿੰਨਵੇਂ ਸੂਬੇ ਮੈਂ ਇਹ ਦੂਜੇ ਸੂਬੇ ਆ ਜੀ ਦੂਜੇ ਸੂਬੇ ਹਾਂਜੀ ਇਹਦਾ ਕੋਈ ਪਹਿਲੇ ਸੂਬੇ ਦਾ ਰਿਕਾਰਡ ਦੁੱਧ ਦਾ 17 ਤੋਂ 18 ਲੀਟਰ ਭਾਈ ਪਹਿਲਾ ਸੂਬੇ ਪਹਿਲਾ ਸੂਬਾ ਯਾਰ ਦੁੱਧ ਇਹਨਾਂ ਦੇਣੀਆਂ ਤਾਂ ਨਹੀਂ ਹੁੰਦੀਆਂ ਨਹੀਂ ਭਾਈ ਦਿੰਦੀ ਰਹੀ ਝੋਟੀ ਘਰ ਜਾ ਮੈਂ ਜੀ ਇਹ ਕਿਹੜੀ ਬਾਖੜੀ ਆ ਲਵਾਂ ਫਿਰ ਅੱਛਾ ਹਾਂਜੀ ਤੇ ਹੁਣ ਦੁੱਧ ਕਿੰਨਾ ਕਰ ਜਾਏਗੀ ਹੁਣ ਅੱਲਾਹ ਦੇ ਹੁਕਮ ਨਾਲ ਅੱਗੇ ਨਾਲ ਵਧੂਗੀ ਵਧੇਗੀ 17-18 ਕਰ ਜਾਏਗੀ ਹੁਣ ਵੀ ਉਸ ਤੋਂ ਵਧੂਗੀ ਯਾਰ 17-18-19 ਲੀਟਰ ਵਧੇਗੀ ਹਾਂਜੀ ਯਾਰ 17-18 ਲੀਟਰ ਹੀ ਕਰ ਜਾ ਬਹੁਤ ਦੁੱਧ ਹੁੰਦਾ ਯਾਰ ਇਨਸ਼ਾਅੱਲਾ ਜੀ ਅੱਲਾਹ ਦੇ ਹੁਕਮ ਨਾਲ ਦਊਗੀ ਜੀ ਅੱਛਾ ਭਾਈ ਜਾਨ ਦੱਸੋ ਵੀ ਇਹਦੇ ਪਿਆਰ ਮੁਹੱਬਤ ਵਾਲੀ ਕੀਮਤ ਕੀ ਹੈ ਤੇ ਮੁਹੱਬਤ ਵਾਲੀ ਹਾਂਜੀ ਪਿਆਰ ਤੁਹਾਡੇ ਵਾਸਤੇ ਹੋਣੀ ਫਿਰ ਜੀ ਬਿਲਕੁਲ ਪਿਆਰ ਮੁਹੱਬਤ 3,20,000 ਰੁਪਈਆ ਇਹਦੇ 'ਚ ਮੈਂ ਕਿਰਾਇਆ ਭਾੜਾ ਵੀ ਛੁਡਵਾਉਣਾ ਹੁੰਦਾ ਨਹੀਂ ਭਾਈ ਤੁਸੀਂ ਪਹਿਲਾਂ ਆਖਿਆ ਸੀ ਤੇ ਮੁਹੱਬਤ ਵਾਲਾ ਪਿਆਰ ਮੁਹੱਬਤ ਕਰ ਲਓਗੇ ਨਾ ਥੋੜਾ ਬਹੁਤਾ ਥੋੜਾ ਘਣਾ ਯਾਰ ਕਿਹੜਾ ਹੋਇਆ ਕਿਰਾਇਆ ਭਾੜਾ ਛੱਡੋਗੇ ਨਾ ਦੋਸਤਾਂ ਨੂੰ ਛੱਡ ਦਾਂਗੇ ਦੋਸਤ ਕੋਈ ਮੇਰਾ ਦੋਸਤ ਸਫ਼ਰ ਤੋਂ ਵੀ ਆਉਂਦਾ ਪਿਆਰ ਮੁਹੱਬਤ ਕਰੋਗੇ ਨਾ ਕਰ ਦਾਂਗੇ ਅੱਛਾ ਆਪਣਾ ਨੰਬਰ ਦੱਸ ਦੇ ਯਾਰ ਤੁਸੀਂ ਨਹੀਂ ਤੂੰ ਆਪਣਾ ਨੰਬਰ ਦੇ ਮੈਂ ਤਾਂ ਆਪਣਾ ਦੇਣਾ ਹੀ ਦੇਣਾ ਤੂੰ ਵੀ ਆਪਣਾ ਨੰਬਰ 0308 ਅੱਛਾ 3-0-64-68 ਦੁਬਾਰੇ ਫਿਰ ਦੱਸ 0308-000-64-68 000-64-68 ਪੰਜਾਬੀ 'ਚ ਦੱਸ ਯਾਰ 0308-000-64-68 ਠੀਕ ਹੋ ਗਿਆ ਮੀਨ ਕਰਨਾ ਅੱਜ ਦੀ ਵੀਡੀਓ ਦੋਸਤਾਂ ਨੂੰ ਪਸੰਦ ਆਏਗੀ ਅਤੇ ਲਾਈਕ ਵੀ ਕਰੋਗੇ ਸ਼ੇਅਰ ਵੀ ਕਰੋਗੇ ਮੇਰਾ ਫੋਨ ਨੰਬਰ ਹੈ 0344-69-76 ਵਟਸਐਪ ਨੰਬਰ ਵੀ ਇਹ ਈਮੇਲ ਨੰਬਰ ਵੀ ਇਹ ਅਗਰ ਇਹ ਨੰਬਰ ਦੋਸਤਾਂ ਦੀ ਕਾਲ ਨਹੀਂ ਹੁੰਦੀ ਦੂਸਰਾ ਨੰਬਰ ਵੀ ਮੇਰਾ ਲਿਖ ਲਓ 0300-14-36-76-864 ਦੋਵੇਂ ਨੰਬਰ 'ਤੇ ਮੇਰੇ ਨਾਲ ਰਾਬਤਾ ਕਰ ਸਕਦਾ ਅਗਰ ਮਾਲਕ ਨਾਲ ਰਾਬਤਾ ਕਰਨਾ ਚਾਹੇ ਮਾਲਕ ਨਾਲ ਕਰ ਸਕਦਾ ਅਤੇ ਜਾਜ਼ ਦਿਓ ਮਿਲਣੇ ਅਗਲੀ ਵੀਡੀਓ 'ਤੇ ਪਾਕਿਸਤਾਨ ਜ਼ਿੰਦਾਬਾਦ ਅੱਲਾ ਹਾਫਜ਼